ਉੱਥੇ ਜੜਦਾ ਇੱਥੇ ਜੋਰੂ ਦਾ ਝਗੜੀ ਦੀ ਚੀਜ਼ ਤਾਂ ਇਹੋ ਹੀ ਹੈ ਨਾ ਉੱਥੇ ਜੜ ਇੱਥੇ ਜੋਰੂ ਮਹਾਭਾਰਤ ਰਾਜ ਭਾਗ ਲਈ ਲੜ ਰਿਹਾ ਉਹਦੇ ਵਿੱਚੋਂ ਹੀ ਜੋਰੂ ਦਾ ਝਗੜਾ ਪੈਦਾ ਹੋਇਆ ਦ੍ਰੋਪਦੀ ਦਾ ਤੇ ਰਾਮ ਦਾ ਇਖਤਲਾਫ ਜੋਰੂ ਲਈ ਹੈ ਸੀਤਾ ਲਈ ਕਿਉਂਕਿ ਨਜਾਇਜ਼ ਹੋਇਆ ਹੁਣ ਦੇਖਣਾ ਇਹ ਹੈ ਕਿ ਰਾਮਾਇਣ ਵੀ ਭਰੀ ਪਈ ਹੈ ਝਗੜੇ ਨਾਲ ਮਹਾਭਾਰਤ ਵੀ ਐਡਾ ਵੱਡਾ ਗ੍ਰੰਥ ਭਰਿਆ ਪਿਆ ਝਗੜੇ ਨਾਲ ਜੇ ਅੱਗੇ ਜਾਣੇ ਆ ਤੇ ਕ੍ਰਿਸ਼ਨ ਦੀ ਗੀਤਾ ਉਚਾਰੀ ਝਗੜੇ ਦੇ ਦਰਮਿਆਨ ਗਈ ਹੈ ਆਖਰ ਸਾਨੂੰ ਸੋਚਣਾ ਤਾਂ ਪੈਗਾ ਹਿਸਟਰੀ ਤਾਂ ਦੇਖਣਾ ਹੀ ਪੈਗਾ ਕੈਰਵਾਂ ਦੀ ਪਾਂਡਵਾਂ ਦੀ ਲੜਾਈ ਹੈ ਕ੍ਰਿਸ਼ਨ ਅਰਜਨ ਨੂੰ ਆਖਦੇ ਨੇ ਲੜਨ ਤੋਂ ਪਿੱਛੇ ਨਾ ਹਟੇ ਹੈ ਝਗੜਾ ਕਰਾਉਣ ਵਾਲਾ ਇੱਕ ਉਹ ਆਦਮੀ ਝਗੜੇ ਦੀ ਪ੍ਰੇਰਣਾ ਦੇਣ ਵਾਲਾ ਇੱਕ ਉਹ ਵਿਅਕਤੀ ਜਿਹੜਾ ਆਪਣੇ ਆਪ ਨੂੰ ਭਗਵਾਨ ਅਖਵਾਉਂਦਾ ਸਾਨੂੰ ਸੋਚਣਾ ਪਏਗਾ ਦੋਵੇਂ ਧਿਰਾਂ ਨੂੰ ਇੱਕ ਫਲਸਫੀ ਸਮਝਣੀ ਪਏਗੀ ਉਹ ਆਖਦਾ ਅਰਜਨ ਪਿੱਛੇ ਨਾ ਹਟੇ ਤੀਰ ਨੂੰ ਆਪਣੇ ਪੱਥੇ ਵਿੱਚ ਨਾ ਸੰਭਾਲ ਲਈ ਦੇਖ ਜਿਹੜਾ ਸੱਚ ਦੀ ਲੜਾਈ ਤੋਂ ਪਿੱਛੇ ਹਟ ਜਾਂਦਾ ਹੈ ਉਹ ਸੱਚ ਗਵਾ ਬੈਂਦਾ ਹੈ ਕਹਿਣ ਵਾਲਾ ਕੌਣ ਹੈ ਭਗਵਾਨ ਕ੍ਰਿਸ਼ਨ ਕੌਣ ਵਾਲਾ ਕ੍ਰਿਸ਼ਨ ਹੈ ਝਗੜਾ ਗੀਤਾ ਨੇ ਵੀ ਆਪਣਾ ਜਨਮ ਹੀ ਉੱਥੇ ਲਿਆ ਝਗੜੇ ਦੇ ਦਰਮਿਆਨ ਵਿੱਚ ਲੈ ਮੈਂ ਤੈਨੂੰ ਸੁਣਾਉਣਾ ਕੀ ਹੈ ਸੰਸਾਰ ਕੀ ਹੈ ਗੀਤਾ ਦਾ ਉਚਾਰਨ ਸ਼ੁਰੂ ਕਰ ਦਿੱਤਾ ਹੈ ਝਗੜੇ ਦਾ ਸਥਾਨ ਇਹ ਛੱਡ ਦੇ ਇਤਿਹਾਸ ਵਿੱਚ ਭਾਵੇਂ ਬਾਬਰ ਦਾ ਵਸਤਾ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫਿਰ ਵੀ ਝਗੜਾ ਆਖਰ ਤਾਂ ਝਗੜੇ ਦਾ ਵਰਣਨ ਹੀ ਹੈ ਬਾਬਰ ਬਾਣੀ ਜੀ ਨੂੰ ਅਸੀਂ ਆਖ ਦਿੰਦੇ ਰਾਜਾ ਮਹਾਰਾਜਾ ਕੋਈ ਬਸ ਕਦੇ ਕਿਸੇ ਨੇ ਚਿਹਨ ਨਾਲ ਰਾਜੇ ਨੇ ਬਾਦਸ਼ਾਹ ਖਵਾਉਣ ਵਾਲੇ ਨੇ ਰਾਤ ਨਹੀਂ ਕੱਟੀ ਝਗੜਾ ਕਦੇ ਅਸਮਯਮ ਤੇ ਕਦੇ ਅਸਮਯਮ ਤੇ ਉਧਰ 50,000 20,000 30,000 ਫੌਜੀ ਪਿਆ ਭੇਜਦਾ ਉਧਰ 10,000 ਫੌਜੀ ਪਿਆ ਪਿਆ ਇਸ ਮੁਹਾਜ਼ ਤੇ ਮੈਂ ਸਫਲ ਹੋ ਜਾਵਾਂ ਇਸ ਮੁਹਾਜ਼ ਤੇ ਸਫਲ ਹੋ ਜਾਵਾਂ ਝਗੜਾ ਖਾਲਸਾ ਰਾਜ ਕਾਇਮ ਹੋਇਆ ਇਸ ਤੋਂ ਪਹਿਲਾਂ ਮਿਸਲਾਂ ਮੈਂ ਸਿੱਖ ਮੈਂ ਹਰ ਪਾਸੇ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਇਸ ਲਈ ਅੱਗੇ ਵੱਧ ਰਿਹਾ ਖਾਲਸੇ ਨੇ ਜਨਮ ਲਿਆ ਜਨਮ ਲੈਣ ਤੋਂ ਬਾਅਦ ਭਾਵੇਂ ਧਾਰਮਿਕ ਖੇਤਰ ਸੀ ਉਹਦੇ ਵਿੱਚ ਵੀ ਝਗੜਾ ਚੱਲਦਾ ਰਿਹਾ ਸਭ ਤੋਂ ਪਹਿਲਾਂ ਬਗਾਵਤ ਕੀਤੀ ਧਰਮ ਦੇ ਖੇਤਰ ਵਿੱਚ ਸ੍ਰੀ ਚੰਦ ਲਖਮੀ ਦਾਸ ਨੇ ਉਸਦੀ ਬਗਾਵਤ ਦਾ ਜ਼ਿਕਰ ਗੁਰਬਾਣੀ ਨੇ ਕਰ ਦਿੱਤਾ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਪੀਰੋਂ ਕੰਨ ਮਰੂਟੀਏ ਗੁਰਬਾਣੀ ਨੇ ਆਖਿਆ ਦਿਲ ਖੋਟੇ ਆਕੀ ਫਿਰਨ ਆਕੀ ਫਿਰਨ ਦਾ ਕੀ ਮਤਲਬ ਹੈ ਬਾਗੀ ਹੋਣਾ ਬਚਨ ਨਾ ਮੰਨਣਾ ਮੁਤਫਿਕ ਨਾ ਹੋਣਾ ਮੁਖਤਲਿਫ ਹੋ ਜਾਣਾ ਜੁੜਨਾ ਨਾ ਟੁੱਟ ਜਾਣਾ ਗੁਰਬਾਣੀ ਨੇ ਆਖ ਦਿੱਤਾ ਦਿਲ ਖੋਟੇ ਆਕੀ ਫਿਰ ਮਨ ਭਾਰ ਉਸਾਏ ਉਠਾਏ ਛੱਟੀਏ ਮਨ ਨੂੰ ਬਗਾਵਤ ਦਾ ਬੇਮੁਖਤਾ ਦਾ ਭਾਰ ਦੀਆਂ ਪੰਡਾਂ ਬੰਨ ਕੇ ਚੁੱਕ ਕੇ ਤੁਰ ਪਏ ਜੀਵਨ ਦੀ ਦੇ ਪਿੜ ਵਿੱਚ ਜੀਵਨ ਦੇ ਮੈਦਾਨ ਵਿੱਚ ਗੁਰੂ ਦੇ ਵਿਰੋਧ ਲਈ ਅੱਜ ਤੱਕ ਉਹਨਾਂ ਨੂੰ ਵਰਤਿਆ ਜਾ ਰਿਹਾ ਮੈਂ ਨਾਲ ਨਾਲ ਐਗਜ਼ਾਮਪਲ ਦੇ ਕੇ ਤੁਰਨਾ ਚਾਹੁੰਦਾ ਅੱਜ ਤੱਕ ਉਹਨਾਂ ਨੂੰ ਵਰਤਿਆ ਜਾ ਰਿਹਾ ਹੁਣ ਤੁਸੀਂ ਦੇਖੋ ਅੱਜ ਵੀ ਸ੍ਰੀ ਚੰਦ ਦੀ ਗੱਦੀ ਨਾਲ ਬਰਾਬਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਾਨਕ ਦੀ ਬੰਸ ਦਾ ਨਾਮ ਲੈ ਕੇ ਹਾਲਾਂਕਿ ਗੁਰੂ ਆਖ ਰਿਹਾ ਹੈ ਪੁੱਤਰੀ ਕੌਲ ਨਾ ਪਾਲਿਓ ਉਹ ਗੁਰੂ ਨਾਲ ਉਹ ਸੰਬੰਧ ਤੋੜ ਬੈਠੇ ਲੇਕਿਨ ਹੋ ਕੀ ਰਿਹਾ ਅੱਜ ਵੀ ਬੜੇ ਢੰਗ ਨਾਲ ਉਹਨਾਂ ਦੀ ਤੁਸੀਂ ਸ੍ਰੀ ਚੰਦ ਦੀ ਫੋਟੋ ਵੇਖੋ ਸ੍ਰੀ ਚੰਦ ਦੀ ਫੋਟੋ ਵੇਖੋ
श्री चंद की कोई फोटो तुसी दाड़े वाली नहीं देखोगे, दाड़े वाली नहीं देखोगे। किथे गुरु नानक दे घर दा कोई भी श्रद्धालु कोई भी सिख भावे उनका नाम देवराज सी भावे प्रेम प्रकाश सी, गुरु नानक दे घर दे नाल संबंध रखने वाला कोई श्रद्धालु भावे भाई लालो सी भावे भाई कमलिया सी समय समय नाल भाई लखू सी बदलते रहे, पर वो सारे नाम भावे सिंह नहीं सी, सिंह शब्द डिग्री दे रूप विच गुरु दशम पातशाह जी ने दिता, पर हर कोई केसाधारी जरूर सी, मर्यादा गुरु नानक ने बनाती सी। ते एक कह के बना दिती सी कि रब दे हुकम विच उंदी रजा विच उंदी बनतर नू पसंद करना ही सिखी है। मेरा मालिक जिहो जिहा मैनू पैदा करे मैं उहो जिहा रहां, इह तां उहदे हुकम विच रहना नहीं। आग्या मैं भूख सोई कर सूखा सोग हरखनी जानियो, जो जो हुकम भयो साहिब का सो माथे। जिहड़ा रब दे हुकम विच नहीं रहिंदा उह रब प्रस्त कि कोई असीं किसे फैक्टरी विचों जा के थोड़ा लुआए ने, जिन्हें लुआने होन उन्हूं नाई कोल जाना पैंदा है, जिन्हें लुआने होन उन्हूं किते होर नहीं जाना पैंदा, जाण दी जरूरत ही नहीं आपे ही लग जाने। मेरे मालिक ने ला दिते भावे उह किसे नस्ल विच पैदा होया किसे भी देश विच पैदा होया, हिंदू है मुसलमान है सिख है ईसाई है पारसी है यहूदी है, हर एक नूं केस लग जाने। बल्कि मैं तो एक बार एक गल कही सी भले हो भला मां प्यो दोनों ही केस कटा देन, बिल्कुल कटा देन, पर उन्होंने घर भी जो पुत्र होगा ना वह फिर कैसा तारी होगा, क्योंकि मेरे रब ने जो डिजाइन किया है उन्हें अपनी मर्जी नाल किया, किसी को पुछ के नहीं आखना भी तेरे घर पुत्र जो डिजाइन करके भेजा वह किस तरह का करा। मालिक है गुरु ने रबी हुक्म के चलान की बख्शिश की है, गुरु की सिखी का साझ रखने वाला हर सिख उदो। मैं तो इसलिए कई बार वीर आखना जेडे आखते हैं जी गुरु नानक की सिखी होर है, गुरु गोबिंद सिंह साहब ने अमृत छका के केसा धारी बना, वो भले हो जे गुरु नानक के सिख बनना यो बन जाओ भला पहले स्वरूप के बनो। गुरु नानक भावें देव ही सी भावें राय ही सी जो कह रहे संसरे, पर भले हो है तो केसा धारी सी ना, केसा धारी बन जाओ मंदिर जाओ बड़ी खुशी ना बसीते जाओ बड़ी खुशी, पर केसा धारी बन जाओ ये तो पहली गल है ना, पर केडी अजीब गल है। ओ गुरु नानक जिन्हें रब्बी बख्शिश नू संभालन लई हुक्म कीता होवे उस गुरु नानक दा पुत्र अखवान वाला श्री चंद उनका तुसी अज तक कोई फोटो नहीं विखाओगे जिहड़ा दाड़े वाला होवे, जान के कीता गया, जान के कीता गया। तो मैं अर्ज कर रहा सा यह बगावत सी इसे तरह इख्तलाफ से, ते बगावत जड़ी है वह हमेशा झगड़े खड़े करती है, और यो कारण है वह वधदी वधदी बगावत भावें गुरु अर्जन दातू दासू दे वेले आई लत मारन वाली आई, भावें गुरु अर्जन साहब दे वेले पृथ्वी चंद वालों आई, भावें गुरु हरगोबिंद पातशाह जी दे वक्त फिर पृथ्वी चंद वालों, इथों तक बगावत ते इथों तक झगड़ा अपने का एहसास कराया गया कि गुरु साहब नूं जहर देने लई ब्राह्मण नूं भेजा गया जहर देने ताकि गुरु हरगोबिंद साहब नूं जीवित देखिया नहीं जा सकता। ओहो झगड़ा ते इख्तलाफ धीर मल दे राही शीए मसंद नूं भेजदा है जां गोली दा वार कर गोली चला ते गुरु तेग बहादुर साहब नूं खत्म कर दे। मैं तुहानूं इक एग्जाम्पल दे रहा कि संसार के लोग आखते हैं झगड़ा ना करो कले बुरी संसार, दुनिया का कोई मनुख इतने तुम वोटा पवा लो मेरे ख्याल इन्नी संगत बैठी है कोई 5% 2% भी ऐसे नहीं निकलेंगे जेडे आखन नहीं सानू झगड़ा चंगा लगता है, सानू फसाद चंगा लगता है, कोई नहीं चाहेगा। जो तो कोई भी नहीं चाहता कि धर्म तो बिल्कुल ही नहीं चाहता, फिर धर्म के खेत्र में शीए मसंद ने गुरु तेग बहादुर साहब से गोली क्यों चलाई है, यह तो धर्म खेत्र है। सानू एक गल का एहसास होना चाहिए है इस फलसफी कि दुनिया की निगाह में फसाद चंगा नहीं, हर कोई चाहता है वाद विवाद ना हो झगड़े खत्म हो जाए।